अपने देसी है चाचा? अच्छा अच्छा नहीं नहीं सही करा दे ऑपरेशन मार दे कोई नहीं फोन पाए नहीं एक साल ही खेड़ गया इन्ना नहीं बहुत है मुड़ के नहीं नहीं होए ना ओके वो ना डॉक्टर नाल भी गल की थी ना सारी डॉक्टर भी कहना ही कहना होए ना ओके भैया ये अपना मागू पाजी अच्छा पहले साढे प्लेयर आ पीरा पाजी ये अपने इनालो दे दे के पाजी होना लो पास देखे हैं जसू दे कोई मैच देखे हो तुसी जसू दे बहुत मैच देखे खेलने बहुत लेट थी का अच्छा साढे तो बहुत छोटा वा जिथे भी जाना साडे पिंड नूं खेडना थोड़ा जा साल कर रले रहे उदो को सानू ट्रेनिंग बहुत दित्ती भाई पिंडा दी टीमा उदो जिद्दा हुन क्लबां दी इनु वधिया हां पिंड पद्धर दी मैच बहुत तगड़े हुंदे उदो मैं जी बल्ले बल्ले हुंदे हुंदे जी इंडिया दी तजेंद्र होनी कितने प्लेयर पिंडा दी टीमा पिंड पद्धर दे भी मैच घट गए अपने भी फर्क पिया बहुत मैच सिरे दा टूरनामेंट हुंदा अपने खेड़े दुने होने माल लाया होया हुण टीके नूं माल कहिंदे आ ਨਾ ਜੇ ਟੀਕਾ ਇਹਨੇ ਲਾ ਲਿਆ ਇਦਾਂ ਕਰ ਲਿਆ ਉਦੋਂ ਤੇਲ ਲਾਉਣ ਨਹੀਂ ਇਦਾਂ ਜੇ ਨਹਾ ਕੇ ਚੱਲ ਗਏ ਉਹ ਜਿਹੜੇ ਭਾਵੇਂ
ਮੈਂ ਤਾਂ ਹੈਗਾ ਰੇਡਰ ਤੋਂ ਨੀ ਹਾਂਜੀ ਹਾਂਜੀ ਤੇ ਫਿਰ ਜਾਫੀ ਵੀ ਸਾਡੇ ਤੋਂ ਹਲਕੇ ਸੀ ਨਾ ਕਈ ਵਾਰੀ ਕੱਲਿਆਂ ਨੂੰ ਕਬੱਡੀਆਂ ਪਾਉਣੀਆਂ ਪੈ ਰਹੀਆਂ ਕਈ ਨਾਲ ਸਟੋਰ ਵੀ ਕਰਾਉਣੇ ਤੇ ਨਾਲ ਕਬੱਡੀਆਂ ਵੀ ਪਾਉਣੀਆਂ ਹਨਾ ਤੇ ਕਹਿਣਾ ਵੀ ਅੱਜ ਹਿਸਾਬ ਤਾਂ ਉਹ ਦੇਖਣਾ ਪੈਂਦਾ ਕਿੱਦਾਂ ਦਾ ਵੀ ਉੱਧਰ ਕਿੱਦਾਂ ਦਾ ਰੇਡਰ ਹੈ ਉੱਧਰ ਕਿੱਦਾਂ ਉੱਧਰ ਕਿੱਦਾਂ ਜਾਫੀ ਵੀ ਆਪਾਂ ਨੂੰ ਕਿਹੜੇ ਹਿਸਾਬ ਨਾਲ ਸੈਟਿੰਗ ਹੋਣੀ ਆ ਕਈ ਸਾਡੇ ਟੀਮ ਇੱਧਰ ਮੈਚ ਜਿੱਤਣ ਦੀ ਹੁੰਦੀ ਕਈ ਟੀਮਾਂ ਸਾਡੇ ਨੂੰ ਸਾਨੂੰ ਹਰਾਉਂਦੀਆਂ ਸੀ ਕਈ ਟੀਮਾਂ ਉਹਨਾਂ ਨੂੰ ਹਰਾਉਂਦੀਆਂ ਉਹਨਾਂ ਨੂੰ ਅਸੀਂ ਹਰਾ ਜਾਂਦੇ ਉਹ ਸਾਨੂੰ ਜਿੱਤਣਗੇ ਉਹ ਬੜਾ ਕੁਝ ਦੇਖਣਾ ਪੈਂਦਾ ਦੇਖਣਾ ਪੈਣਾ ਮੈਂ ਨਾ ਜਿੱਥੇ ਜਾਣਾ ਮੈਂ 30 ਕਿਲੋ ਜਿੱਤਿਆ ਹੋਣਾ ਮੈਂ ਭਾਈ ਹੋਣਾ ਨਾਲ ਬਹਿ ਗਿਆ ਹੋਣਾ ਇਹਨਾਂ ਨੇ ਹੈਗੇ 60 ਨੰਬਰ ਹੋਣਾ ਜਾਂ 60 ਨੰਬਰ ਉਦੋਂ ਜਾਂਦੀ ਜਿੱਤ ਜਾਂ ਲੱਖਣ ਕੇ ਪੱਡਿਆਂ ਵਾਲੀ ਜਾਂ ਸਿੱਧ ਵਾਲੀਆਂ ਦੀ ਇਦਾਂ ਐ ਨਾ ਆਏ ਹੁੰਦੇ ਸੀ ਗੱਲਾਂ ਬਾਤਾਂ ਉਹ ਲੋ ਗੇਮ ਜਿੱਤਣ ਨੂੰ ਕੀ ਹੁਣ ਇਹ ਮੈਂ ਟੱਟ ਟੱਟ ਪ੍ਰਾਈਜ਼ ਹੀ ਬਹੁਤ ਭਾਜੀ ਆਏ ਹੁਣ ਤੇ ਚਲੋ ਉਹ ਜਿਹੜੇ ਹੁਣ ਜਿਹੜੇ ਕੋਚ ਬਣੇ ਹੋਏ ਆ ਉਹ ਹੀ ਨਹੀਂ ਭਰਾਵਾ ਵਿੱਚ ਸੂਤ ਆਉਂਦੇ ਕਰਨਾ ਕੀ ਆ ਪਲੇਅਰਾਂ ਨੂੰ ਤਾਂ ਇਹ ਘੱਟ ਵਾਦੀ ਪੁੱਛਦੇ ਆ ਕਿੱਦਾਂ ਦਾ ਉੱਠ ਪੈਣਾ ਹਾਂ ਇਹਦਾ ਟੀਮਾਂ ਵਾ ਉਹੀ ਖੇਡੀ ਜਾਂਦੀਆਂ ਉਹਨਾਂ ਨੂੰ ਤਾਂ ਰੋਜ਼ ਪਤਾ ਹੀ ਆ ਵੀ ਇਹ ਸਾਡਾ ਜਾਫੀ ਬਸ ਹੁਣ ਜਦੋਂ ਮੈਂ ਗੱਲ ਕਰਨ ਲੱਗਾ ਜਿਹੜੇ ਪੈਂਟਰ ਨੂੰ ਕਿਹੜੀ ਕਿੱਦਾਂ ਦਾ ਹਨਾ ਹੁਣ ਜਿਹੜੇ ਕੋਚ ਬਣੇ ਹੋਏ ਮੈਂ ਹੀ ਤਾਂ ਖੇਡਦਾ ਨਹੀਂ ਦੇਖਿਆ ਕੋਈ ਵੈਰੀ ਗੁੱਡ ਭਾਜੀ ਸਹੀ ਗੱਲ ਆ ਅਸੀਂ ਉਹ ਖੇਡਦੇ ਨਹੀਂ ਦੇਖਿਆ ਕੋਈ ਹਾਂ ਜਿੰਨੇ ਕੋਈ ਦੇਖ ਲਓ ਜਿੰਨੇ ਕੋਚ ਅਸੀਂ ਖੇਡਦੇ ਨਹੀਂ ਦੇਖਿਆ ਕੋਈ ਜਾਂ ਪੋਜੀ ਮੇਰੇ ਮੂਹਰੇ ਬਣ ਸਕਦਾ ਕਿਤੇ ਖੇਡੇ ਸਹੀ ਗੱਲ ਆ ਭਾਈ ਦੀ ਬਿਲਕੁਲ ਸਹੀ ਗੱਲ ਆ ਬੜਾ ਕੁਛ ਚੱਲਣ ਡਿਆ ਕਬੱਡੀ ਕਬੱਡੀ ਵਪਾਰੀਆਂ ਦੇ ਹੱਥਾਂ ਹੀ ਹੋਈ ਆ ਟਾਈਮ ਟਾਈਮ ਦੀ ਗੱਲ ਬਸ ਬਸ ਚਲੋ ਪਲੇਅਰਾਂ ਨੂੰ ਪੈਸਾ ਵੀ ਮਿਲਣਾ ਚਾਹੀਦਾ ਪਲੇਅਰ ਦਾ ਟਾਈਮ ਹੁੰਦਾ ਵਾ ਜਦੋਂ ਪਲੇਅਰ ਦੇ ਸੱਟ ਲੱਗੇ ਕੋਈ ਨਹੀਂ ਪਹੁੰਚਦਾ ਹਾਂ ਕੋਈ ਵੀ ਨਹੀਂ ਪਹੁੰਚਦਾ ਕੋਈ ਵੀ ਨਹੀਂ ਪਹੁੰਚਦਾ ਸਹੀ ਗੱਲ ਹੈ ਕਿ ਚੜਦੇ ਸੀ ਇਹ ਹਾਂ ਸਲਾਮਾ ਵਾ ਮੈਂ ਇਹਨਾਂ ਨੂੰ ਕਿਹਾ ਹੁੰਦਾ ਜਿੰਨਾ ਤੇ ਸਾਰੇ ਖੇਡ ਹੁੰਦਾ ਵਾ ਪੈਸਾ ਕਮਾ ਲਓ ਨਹੀਂ ਤਾਂ ਕੋਈ ਨਹੀਂ ਉਹ ਪਹੁੰਚਦਾ ਮੁੜ ਕੇ ਪਾਊ ਸਹੀ ਗੱਲ ਸਾਡੇ ਸਾਡੇ ਰਾਣਾ ਪਲੇਅਰ ਬਹੁਤ ਵਧੀਆ ਸੀਗਾ ਗੋਡੀ ਸੱਟ ਲੱਗੀ ਵਿਚਾਰੇ ਦੇ ਚਲੋ ਪਰ ਕਿਸੇ ਨੇ ਨਹੀਂ ਪੁੱਛਿਆ ਹੁਣ ਚਲੋ ਠੀਕ ਆ ਸਾਡੇ ਬੰਦਿਆਂ ਨੇ ਜਿੱਥੋਂ ਤੱਕ ਬੰਦਾ ਆਪਦੇ ਬੰਦੇ ਦਾ ਕਰਦਾ ਕਰਦਾ ਹਨਾ ਪਰ ਪਲੇਅਰ ਉਹਨਾਂ ਚਿਰ ਨਾਮ ਆ ਪਲੇਅਰ ਦਾ ਜਿੰਨੇ ਚਿਰ ਖੇਡਦਾ ਖੇਡਦਾ ਸਹੀ ਭਾਈ ਦੀ ਗੱਲ ਪਲੇਅਰ ਟੋਟ ਟੋਟ ਮਾਰਦਾ ਵਾ ਹਾਂ ਜਿੱਦਾਂ ਰਾਣਾ ਡੰਡ ਨਹੀਂ ਮਾਰਿਆ ਹਾਂ ਉਹ ਤੋਂ ਜ਼ਿਆਦਾ ਵੇਖ ਲਿਆ ਹਾਂ ਸਹੀ ਗੱਲ ਆ ਹੁਣ ਜਿੱਦਾਂ ਭਾਈ ਸਾਰੇ ਗੱਲ ਇਹ ਨਹੀਂ ਨਹੀਂ ਜਿਹੜੇ ਬੰਦੇ ਨੇ ਕਦੇ ਡੰਡ ਵੀ ਨਹੀਂ ਲਾਇਆ ਹੁੰਦਾ ਹਾਂ ਉਹ ਜਿਆਦਾ ਪੈਸੇ ਲੈ ਕੇ ਜਾਂਦਾ ਛਿੰਝਾਂ ਕਿੱਥੋਂ ਫੇਲ ਹੋਈਆਂ ਭਲਵਾਨ ਕਿੱਥੋਂ ਜਿਹੜੇ ਆਪਣੇ ਦੰਗਲ ਚੱਲਦੇ ਸੀ ਪਿੰਡਾਂ ਦੇ ਕਿੱਥੋਂ ਫੇਲ ਹੋਏ ਅੱਗੇ ਜੱਫੇ ਲੱਗਦੇ ਹੁੰਦੇ ਸੀਗੇ ਮੈਚ ਵਿੱਚ 2 ਜਾਂ 4 ਇਹ ਜੱਫੇ ਹੁੰਦੇ ਸੀ ਹੁਣ ਤਾਂ ਰੇਡਾਂ ਦੇ ਜੱਫੇ ਬਰਾਬਰੀ ਹੋ ਜਾਂਦੇ ਬਰਾਬਰੀ ਹੋ ਜਾਂਦੇ ਹੁਣ ਮੁੱਲ ਵੀ ਜਿੱਦਾਂ ਅੱਗੇ ਰੇਡਰ ਦਾ ਵੱਧ ਪੈਂਦਾ ਸੀ ਥੋੜ੍ਹਾ ਜਿਹਾ ਜੱਫੀ ਦਾ ਘੱਟ ਪੈਂਦਾ ਸੀ ਹੁਣ ਤਾਂ ਮੁੱਲ ਵੀ ਤਕਰੀਬਨ ਬਰਾਬਰੀ ਪੈਣ ਲੱਗਾ ਬਰਾਬਰੀ ਪੈਣ ਲੱਗਾ ਰੇਡਰ ਦਾ ਵੀ ਜੱਫੀ ਦਾ ਜੱਫੀ ਦੇ ਜ਼ਰੂਰ ਹੈ ਕਿ ਇਹਨਾਂ ਨੂੰ ਦੂਜੇ ਦੀ ਜਿਹੜੀ ਹੈਗੀ ਆ ਉਮਰ ਲੰਬੀ ਆ ਰੇਡਰ ਨਾਲੋਂ ਜਾਫੀ ਦੀ ਉਮਰ ਲੰਬੀ ਆ ਸਾਰਾ ਸੀਜ਼ਨ ਕੱਖ ਨਾ ਕਰੇ ਕਿਸੇ ਚੰਗੇ ਪਲੇਅਰ ਨੂੰ ਐਂਡ ਦੇ ਜਾ ਕੇ 2 ਵਾਰੀ ਫੜ ਗਿਆ ਨਾ ਉਹਦਾ ਫੇਰ ਨਾਮ ਬਣ ਜਾਣਾ ਬਣ ਜਾਣਾ ਸਹੀ ਆ ਵੀ ਇਹਨੇ ਉਹ ਪਲੇਅਰ ਫੜਿਆ ਸੀ ਹਾਂਜੀ ਤੇ ਰੇਡਰ ਭਾਵੇਂ ਸਾਰੀ ਦਿਹਾੜੀ ਭੱਜਾ ਜਾਵੇ ਉਹਨੂੰ ਕਹਣਾ ਲੈ ਵੀ ਫੜ ਨਹੀਂ ਹੁੰਦਾ ਸੀ ਉਹ ਜਾਫੀ ਦੇ ਭੈਣ ਇਹ ਗੱਲ ਸਹੀ ਆ ਵੈਸੇ ਹੁੰਦਾ ਕਿ ਨਹੀਂ ਹੁੰਦਾ 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 ਬਾਈ ਹੁੰਦਾ 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 ਉਹਨੇ ਕਹਣਾ ਵੀ ਲੈ ਵੀ ਉਹ ਨਹੀਂ ਫੜ ਹੁੰਦਾ ਇਹਨੇ ਫੜਿਆ ਇਹਨੇ ਫੜਿਆ ਜੀ ਤੇ ਹੁਣ ਉਹ ਗੱਲਾਂ ਹੈ ਨਹੀਂ ਗਿਆ ਅੱਗੇ ਰੇਡਰ ਫੜ ਵੀ ਘੱਟ ਹੀ ਹੁੰਦੇ ਸੀ ਪਤਾ ਨਹੀਂ ਹੁਣ 98 ਸਕੋਰ ਦਿੱਤੇ ਨਹੀਂ ਲੋਕਾਂ ਗਿਣਨੇ 2 ਫੜੇ ਗਿਣਨੇ ਹੁਣ ਵੱਡੀ ਐਡਵਾਂਸ ਹੋ ਗਈ ਆ ਜਾਂ ਕੀ ਚੱਕਰ ਆ ਜਾਂ ਖਰਾਕਾਂ ਦਾ ਫਰਕ ਪੈ ਗਿਆ ਅੱਗੇ ਨਾਲੋਂ ਅੱਗੇ ਤਾਂ 2-4 ਜੱਫੇ ਹੁੰਦੇ ਸੀ ਮੈਚ ਵਿੱਚ 5-6 ਵੱਧ ਤੋਂ ਵੱਧ 6 ਐਂ ਕਰੀ ਅਸੀਂ 6 ਜੱਫੇ ਖਾ ਗਏ ਤੇ ਸਾਡੇ ਬੰਦੇ ਹੱਡਣ ਲੜਦਾ 2-2 ਵਾਰੀ ਖਾ ਗਿਆ 3 ਰੇਡਰ ਤੁਸੀਂ ਭੈਣ ਚੋ ਇੰਨੇ ਜੱਫੇ ਖਾ ਗਏ ਕਿੱਦਾਂ ਖਾ ਗਏ ਹਨਾ ਉਹਨਾਂ ਨੇ ਵੀ ਪਾ ਦਿੱਤੇ ਅਸੀਂ ਚਲੋ ਅੱਧੇ ਨੰਬਰ ਤੇ ਹਾਰ ਗਏ ਮੈਚ ਦਾ ਵਾ ਕਈ ਵੱਧ ਘੱਟ ਹੋ ਜਾਂਦਾ ਹਾਂਜੀ ਹਾਂਜੀ ਤੇ ਸਾਡੇ ਜਾਫੀ ਸਾਡੇ ਨਾਲ ਲੜ ਪਏ ਵੀ ਤੁਸੀਂ 2-2 ਜੱਫੇ ਖਾ ਗਏ ਤਾਂ ਅਸੀਂ ਕਿਹਾ ਜਿੱਥੇ ਵੀ ਭੈਣ ਚੋ ਕੱਲਾ ਕੱਲਾ 2-2 ਜਾਣੇ ਪਾਉਣੇ ਆ ਉਦੋਂ ਉਹ ਵੀ ਦੇਖੋ ਨਾ ਮੈਚ ਦਾ ਹੋ ਜਾਂਦਾ ਵਾ ਏਦਾਂ ਲੜ ਪੈਂਦੇ ਵੀ ਜਿਹੜਾ ਹੁਣ ਤਾਂ ਮੈਚ ਦੇ ਜੱਫੇ 18-18 20-20 ਹੋ ਜਾਂਦੇ ਹੋ ਜਾਂਦੇ ਹਨਾ ਹੋ ਜਾਂਦੇ ਚੌਵਾਂ ਜੱਫਿਆਂ ਤੋਂ ਵੱਧ ਜੱਫਾ ਨਹੀਂ ਟੀਮ ਹੁੰਦੀ ਇੱਦਾਂ ਹੁੰਦਾ ਸੀ ਟਾਈਮ ਚਲੋ ਉਹਨਾਂ ਦਾ ਟਾਈਮ ਸੀਗਾ ਸਾਡਾ ਟਾਈਮ ਹੀ ਹੁਣ ਉਹਨਾਂ ਦਾ ਟਾਈਮ ਹੈਨਾ ਜਨਰੇਸ਼ਨ ਜਨਰੇਸ਼ਨ ਦਾ ਫਰਕ ਹੈ ਹੈਨਾ ਇਦਾਂ ਦੀਆਂ ਵੀਰੇ ਗੱਲਾਂ ਬਾਤਾਂ
ਬਾਕੀ ਗੁੱਸਾ ਕੇ ਲੱਗਦਾ ਕੁਝ ਹੋ ਗਿਆ ਹੁਣ ਦਾ ਟਾਈਮ ਆ ਹਾਂ ਅੱਜ ਉਹਨਾਂ ਦਾ ਟਾਈਮ ਆ ਉਦੋਂ ਸਾਡਾ ਟਾਈਮ ਸੀ ਸਾਡਾ ਟਾਈਮ ਸੀ ਪਰ ਫਰਕ ਪੈ ਗਿਆ ਕਬੱਡੀ ਚ ਬਹੁਤ ਜ਼ਿਆਦਾ ਅਰਦਾਸ ਇਹੀ ਕਰਦੇ ਆ ਵੀ ਆ ਜਿਹੜਾ ਡਰਗ ਕਰਦੇ ਆ ਇਹਤੋਂ ਭੱਜ ਜਾਣ ਪਲੇਅਰ ਇਹਤੋਂ ਭੱਜ ਜਾਣ ਕਬੱਡੀ ਭਾਵੇਂ ਥੋੜੀ ਫਾਸਟ ਘਟ ਜਾਵੇ ਇਹ ਕਰਕੇ ਨਾ ਖੇਡੇ ਕੋਈ ਇਹ ਜ਼ਰੂਰੀ ਬੇਨਤੀ ਆ ਇਹ ਲੈ ਬੈਂਦੀ ਬੰਦੇ ਹਾਂਜੀ ਹੁਣ ਭਾਅ ਜੀ ਇੱਦਾਂ ਹੋਇਆ ਚੱਕਰ ਹਜੇ ਮੁੰਡੇ ਨਵਾਂ ਮੁੰਡਾ ਜਿਹੜਾ ਆਪਾਂ ਨੂੰ ਹੁਣ ਕਹਿੰਦਾ ਮੈਂ ਖੇਡਣਾ ਵਾਂ ਉਹ ਖੇਡਣ ਤੋਂ ਪਹਿਲਾਂ ਮੈਨੂੰ ਕਹਿੰਦੇ ਆ ਸਮਾਨ ਲੈ ਕੇ ਦੇ ਸਾਨੂੰ ਕਿਹੜਾ ਖਾਣੀ ਇਹ ਹੀ ਬਸ ਸੋਚ ਆ ਉਹਨਾਂ ਦੀ ਇਹ ਨਹੀਂ ਕਹਿੰਦੇ ਮਿਹਨਤ ਕਰਨੀ ਆ ਸਾਨੂੰ ਸਮਾਨ ਲੈ ਦੇ ਕਿਹੜਾ ਲੈ ਕੇ ਦਊਂਗਾ ਵੀ ਕਿੱਦਾਂ ਉਹ ਸੋ ਰਹੇ ਹੋ ਪਹਿਲਾਂ ਕਬੱਡੀ ਸਿੱਖ ਤਾਂ ਲਓ ਤੁਸੀਂ ਫਾਇਦਾ ਹੀ ਉਹਨੂੰ ਜਿਹੜਾ ਬੰਦਾ ਉਹ ਬੰਦੇ ਨੂੰ ਫਾਇਦਾ ਪੈ ਜਾ ਹੋ ਸਕਦਾ ਹਾਂਜੀ ਹਾਂਜੀ ਜਿਹੜਾ ਪ੍ਰੋਪਰ ਬੰਦਾ ਕਬੱਡੀ ਸਿੱਖਿਆ ਹੈ ਹਟਵੇਂ ਬੰਦੇ ਨੂੰ ਆ ਵੀ ਜਿਹਨੇ ਬਿਲਕੁਲ ਉਮਰ ਹਟਵੀਂ ਹੋ ਗਈ ਆ ਹਾਂਜੀ ਕਬੱਡੀ ਸਿੱਖਿਆ ਹੈ ਉਹ ਤਾਂ ਖਾ ਕੇ ਖੇਡ ਸਕਦਾ ਵੀ 2 ਸਾਲ ਖੇਡ ਜੂਗਾ ਹੁਣ ਭਾਈ ਤੇ ਜਿਹੜੇ ਬੰਦੇ ਨੇ ਸਿੱਖਿਆ ਕੱਖ ਨਹੀਂ ਉਹਨੇ ਆਗੂ ਨੇ ਜ਼ੋਰ ਹੀ ਮਾਰਨਾ ਜ਼ੋਰ ਹੀ ਮਾਰਨਾ ਸਹੀ ਗੱਲ ਜਾਂ ਆਪਦੇ ਸੱਟ ਲਾ ਦਿੱਤੀ ਜਾਂ ਕਿਸੇ ਦੇ ਲਾ ਦਿੱਤੀ ਹਨਾ ਉਹ ਤੇ ਜ਼ੋਰ ਮਾਰ ਕੇ ਸੱਟ ਉਹ ਚੀਜ਼ ਦਾ ਨੁਕਸਾਨ ਆਣਾ ਫਿਰ ਆਪ ਨੂੰ ਵੀ ਨੁਕਸਾਨ ਅਗਲੇ ਬੰਦੇ ਨੂੰ ਵੀ ਨੁਕਸਾਨ ਆ ਜੂਗੀ ਖੇਡਣਾ ਆਉਂਦਾ ਨਹੀਂ ਧੱਕਾ ਮਾਰੂ ਜਾਂ ਕਿਸੇ ਦੇ ਸਿਰ ਮਾਰੂ ਜਾਂ ਗੋਡਿਆਂ 'ਚ ਮਾਰੂ ਜਿਹੜਾ ਵਧੀਆ ਪਲੇਅਰ ਉਹ ਸੱਟ ਹੀ ਨਹੀਂ ਲਾਉਂਦਾ ਕਿਸੇ ਦੇ ਸ਼ੇਰ ਜਿਹੜਾ ਰੇਡਰ ਵੀ ਆ ਤੇਜਾਬੀ ਆ ਕੋਈ ਮੈਂ ਅੱਗੇ ਵੀ ਦੱਸਦਾ ਵੀ ਜਾਣ ਕੇ ਕੋਈ ਪਲੇਅਰ ਦੇ ਪਲੇਅਰ ਸੱਟ ਲਾਉਂਦਾ ਹੀ ਨਹੀਂ ਨਾ 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 ਉਹ ਕਦੇ ਕੁਦਰਤੀ ਲੱਗ ਜਾ ਲੱਗ ਜਾ ਲੱਗ ਜਾਂਦੀ ਆ ਕੁਦਰਤੀ ਲੱਗਦੀ ਆ ਇਹ ਉਹ ਸਾਡਾ ਪਹਿਲਵਾਨ ਹੀ ਸਾਡੇ ਤੋਂ ਪਹਿਲਾਂ ਜਾਫੀ ਹੁੰਦਾ ਸੀ ਸਹੀ ਗੱਲ ਰੇਡਰ ਨਹੀਂ ਹੁੰਦਾ ਕੱਲੇ ਤੁਰ ਪੈਣਾ ਕਹਣਾ ਇਧਰ ਨੂੰ ਆਏ ਖੂੰਜੇ ਦੀ ਚੈਨ ਚੱਲਦੀ ਹੁੰਦੀ ਏ ਤੋਂ ਅਸੀਂ ਪਿੱਛੇ ਹਟ ਜਾਣਾ ਇਹਨੇ ਮਾਰਨੀ ਧੋਂਦੇ ਗੁੱਟ ਫੜ ਲੈਣਾ ਹੈ ਤੇ ਕਿਤੇ ਲੱਤੀ ਲੱਗ ਗਿਆ ਲੱਗ ਗਿਆ ਹੈ ਨਾ ਸਹੀ ਗੱਲ ਆਇਓ ਭਾਜੀ ਇੱਥੇ ਆਇਓ ਪਰ ਫੇਰ ਵੀ ਉਦੋਂ ਲੋਕ ਪਸੰਦ ਬਹੁਤ ਕਰਦੇ ਪਰ ਫੇਰ ਵੀ ਉਹ ਜੁੱਤੀ ਉਹ ਵਰਦੀ ਜਿਹੜਾ ਭੈਣ ਜੋ ਪਾਣੀ ਦਾ ਨਿਕਲ ਜਾਵੇ ਇਹਦੇ ਨਾਸਾਂ ਦੇ ਜਦੋਂ ਵੱਜੇ ਨਾ ਹਾਂਜੀ ਇਹਦੇ ਨਾ ਬੁੱਕ ਪਾਣੀ ਦਾ ਨਿਕਲ ਮੇਲਾ ਵੀ ਬੜਾ ਭਰਿਆ ਆ ਅੱਛਾ ਤੇ ਸਾਡਾ ਬਾਹੂਪੁਰ ਨਾਲ ਮੈਚ ਤਾਂ ਹੁਣ ਮੈਨੂੰ ਮੁੰਡੇ ਦਾ ਨਾਂ ਨੀ ਚੇਤਾ ਇਹਨੇ ਮਾਰ ਸੋਨੀ ਸੋਨੀ ਦੇ ਨਾਲ ਦਾ ਸੀ ਮੁੰਡਾ ਕੋਈ ਤੇ ਮੁੰਡਾ ਵੀ ਭਰ ਇਹਨੇ ਜਦੋਂ ਮਾਰੀ ਨਾ ਚਪੇੜ ਉਹਦੀ ਦਾੜ ਨਿਕਲ ਕੇ ਬਾਹਰ ਡੈਪੀ ਸਾਰੇ ਇਤਮਾਨ ਉਹ ਕਹਿੰਦਾ ਵੀ ਮੈਂ ਤੇਰੇ ਪਾ ਤੇ ਕੇਸ ਕਰਨਾ ਤੂੰ ਮੇਰੀ ਦਾੜ ਕੱਢੀ ਆ ਅੱਛਾ ਉਹ ਜ਼ੋਰ ਨਾਲ ਵੱਜੀ ਨਾ ਉਹਦੀ ਦਾੜ ਬੁਰਕ ਗਈ ਬਾਹਰ ਪਈ ਅੱਛਾ ਮੁੜ ਕੇ ਫਿਰ ਫਾਈਨਲ ਮੈਚ ਹੋ ਗਿਆ ਜਿੱਦਾਂ ਜ਼ਿਆਦਾ ਹੋ ਗਿਆ ਫਿਰ ਸਾਡੇ ਨਾਲ ਮੈਚ ਚੱਲਿਆ ਫਿਰ ਅਸੀਂ ਫਿਰ ਵੀ ਜਿੱਤ ਗਏ ਜਿੱਦਾਂ ਮੈਚ ਨਹੀਂ ਸਾਡਾ ਨਾਮ ਹੈ ਗਰਾਊਂਡ ਤੋਂ ਬਾਹਰ ਨਿਕਲਿਆ ਅੱਛਾ ਛਿੱਤਰ ਹੀ ਖਾਣੀ ਛੱਡ ਦਫਾ ਕਰੋ ਯਾਰ ਰੇਡ ਹੈ ਹੀ ਨੀ ਹੈਗੀ ਅੱਛਾ ਜਦੋਂ ਫਿਰ ਬਿੰਦਰ ਨੇ ਸਾਡੇ ਨਾਲ ਚੱਲ ਜਾਣਾ ਬਿੰਦਰ ਦੀ ਰੇਡ ਹੁੰਦੀ ਸੀ ਠੀਕ ਠੀਕ ਬਿੰਦਰ ਸੀਗਾ ਰੀਜਨ ਛੁੱਟੀ ਮੈਚ ਨਹੀਂ ਉਹਨੇ ਚੱਲ ਜਾਣਾ ਤਾਂ ਮੈਚ ਵਨ ਸ਼ੇਡ ਕਰ ਦਿੰਦੇ ਅਸੀਂ ਅਸੀਂ ਨਹੀਂ ਪਹਿਲਾਂ ਜੱਫਿਆਂ ਤੇ ਅਸੀਂ ਚਾਰ ਬੰਦੇ ਵਾਲੀਬਾਲ ਮੈਂ ਜਿੱਦ ਰਿਹਾ ਵਾਲੀਬਾਲ ਦਾ ਚਾਰ ਵਾਲ ਕਬੱਡੀ ਵਾਲੀਬਾਲ ਚ ਕਹਿੰਦਾ ਵੜ ਜਾਓ ਯਾਰ ਕੋਈ ਤਾਂ ਵੱਡੀ ਹਾਈਟ ਕਿੰਨੀ ਭਾਜੀ ਭਲਾ 6.5 6.5 ਫੁੱਟ ਯਾ ਚਾਰ ਜਾਣੇ ਅਸੀਂ ਵਾਲੀਬਾਲ ਦਾ ਮੈਚ ਲਾ ਲੈਂਦੇ ਸੀ ਧੂੜੇ ਖੇਡਣ ਚੱਲ ਗਏ ਉੱਥੇ ਨਾ ਮੁੰਡੇ ਸਾਰੇ ਖਾਲਸਾ ਕਾਲਜ ਦੇ ਹੈਗੇ ਟੌਪ ਟੌਪ ਦੇ ਟੌਪ ਦੇ ਸਾਰੇ ਟੈਗਲ ਐਂ ਜੇ ਬਾਲਾਂ ਖੜੀਆਂ ਕਰਦੇ ਉਹ ਟੇਸ਼ਨ ਖੇਡਣਾ ਪੈਣਾ ਹੈਗਾ ਉੱਥੇ ਘੁੰਮ ਕੇ ਟੇਸ਼ਨ ਖੇਡਣਾ ਪੈਣਾ ਸੀ ਤੇ ਸਾਡੇ ਤੋਂ ਪੰਜਵਾਂ ਬੰਦਾ ਹੈ ਨਾ ਛੇਵਾਂ ਅਸੀਂ ਇੱਕ ਮੁੰਡਾ ਸਾਡੇ ਭਲਵਾਨ ਸੀ ਉਹਨੂੰ ਵਾੜਿਆ ਉਹਨੂੰ ਡੋਲਿਓ ਫੜ ਕੇ ਸਿੱਧੂ ਵਾਲੀ ਆਇਆ
ਸਾਡੇ ਘਰ ਆਓ, ਉਹਨਾਂ ਕਹਿੰਦਾ ਸਾਡੇ ਘਰ ਆਓ, ਸਾਡੇ ਘਰ ਆਓ, ਸਿੱਧੂ ਵਾਲੇ ਇੱਦਾਂ ਹੁੰਦੇ ਬਾਬੇ ਬਹੁਤ ਬਾਬੇ ਬਹੁਤ ਦਿੱਤਾ ਚੱਲ ਵੀਰੇ ਥੈਂਕ ਯੂ ਵੀਰੇ ਬਾਕੀ ਹੁਣ ਭਾਜੀ ਆਸ਼ੀਰਵਾਦ ਚਾਹੀਦਾ ਤੁਹਾਡਾ ਲੈ ਭਰਾ ਦੇ ਠੀਕ ਨਹੀਂ ਹਾਂ ਇਹ ਭਰਾ ਦੀ ਦੇਣਿਆ ਨਹੀਂ ਨਹੀਂ ਭਾਈ ਨਹੀਂ 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 ਜਿਹੜੀ ਸੱਚਾਈ ਕੋ ਮਾਗੂ ਹਰ ਟਾਈਮ ਬੰਦਾ ਇੱਥੇ ਜਦੋਂ ਜਦੋਂ ਬਿਲਕੁਲ ਇਦਾਂ 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 ਹੀ ਫਿਰਦਾ ਮੇਰਾ ਤਾਂ ਇੱਕੋ ਸੁਪਨਾ ਵਾ ਇਹਨੂੰ ਇੱਕ ਵਾਰੀ ਨਾ ਗਰਾਊਂਡ ਚ ਮੈਂ ਕਿਹਾ ਮੈਨੂੰ ਇੱਕ ਮੈਚ ਖੇਡ ਕੇ ਦਿਖਾ ਦੀ ਤੇ ਤੈਨੂੰ ਮੈਂ ਜ਼ਿਆਦਾ ਨਹੀਂ ਕਹਿੰਦਾ 15 ਵਜੇ ਪਹਿਲਾਂ ਇਹਨੇ ਕਹਿੰਦਾ ਕਹਿੰਦਾ ਭਾਜੀ ਇਹਨੂੰ ਇੱਕ ਮੈਚ ਮੈਨੂੰ ਖੇਡ ਕਹਿੰਦਾ ਮੈਨੂੰ ਇਹ ਸੁਪਨਾ ਤੈਨੂੰ ਦੇਖਣਾ ਦੇਖੋ ਹੁਣ ਤੇ ਡਿਪੈਂਡ ਆ ਨਹੀਂ ਭਾਜੀ ਆਪਾਂ ਵੀ ਪੂਰੀ ਸਾਰਾ ਭਰਾ ਦਿਨ ਰਾਤ ਮਾਗੂ ਇੱਥੇ ਗੱਡੀ ਲੈ ਕੇ ਜਿੱਥੇ ਕਹਿੰਦਾ ਉੱਥੇ ਜਿੱਥੇ ਇਹਨੂੰ ਉੱਥੇ ਜਿੱਥੇ ਉਹ ਉੱਥੇ ਹਨਾ ਮੋਹਰੇ ਹੋ ਗਏ ਸਾਰਾ ਕੁਛ ਦਾ ਕੰਮ ਚੱਕਿਆ ਚੱਲ ਪਿੱਛੇ ਆਪਣੇ ਕੀਪੇ ਭਰਾ ਹੋਣੀ ਸਾਰੇ ਉਹਨਾਂ ਨੇ ਸਾਰੇ ਆਪਣੇ ਭਰਾਵਾਂ ਸਾਰੇ ਦੇਣੇ ਹਨਾ ਪਰ ਜੋ ਇਹ ਭਰਾ ਨੇ ਦੇਣ ਦੇ ਰਿਹਾ ਇਸ ਟਾਈਮ ਆਪਣੇ ਆਪਣੇ ਆਪਾਂ ਨੂੰ ਦੇ ਨਹੀਂ ਸਕਦੇ ਨਹੀਂ ਭਾਜੀ ਪਰਮਾਤਮਾ ਕਰਾਉਂਦਾ ਬਾਕੀ ਹੁਣ ਪੂਰਾ ਇਹਨੂੰ ਕਰ ਦੇਣਾ ਆਪਾਂ ਬਸ ਬਸ ਨਹੀਂ ਨਹੀਂ ਓਦਾਂ ਨਾ ਇਹਨੇ ਇਹੀ ਕਿਹਾ ਸੀ ਬਸ ਭਾਵੇਂ ਇੰਨਾ ਕੁ ਦੇ ਦੇ ਵੀ ਸਾਨੂੰ ਪੈਟਰੋਲ ਦੇ ਦੇ ਹਨਾ ਮੈਂ ਕਿਹਾ ਚੱਲ ਚੱਲਦਾ ਕੰਮ ਹੋ ਜਾਊਗਾ ਮਾੜਾ ਜਿਹਾ ਹਾਂ ਇਹਨਾਂ ਨੇ ਪਤਾ ਉਹਨੇ ਮੈਨੂੰ ਛੱਡਿਆ ਹੋਣਾ ਮੈਨੂੰ ਛੱਡ ਕੇ ਆ ਗਿਆ ਉੱਥੇ ਮੈਨੂੰ ਮੈਂ ਇੱਦਾਂ ਖੜਾ ਇਹਨੇ ਕਿੱਕ ਮਾਰੀ ਆ ਉਹਨੇ ਵਿੱਕੀ ਨੇ ਉਹ ਮਾਰੀ ਉਹਨੇ ਮੋਟਰਸਾਈਕਲ ਭਜਾ ਲਿਆ ਮੈਂ ਪਿੱਛੋਂ ਆਵਾਜ਼ਾਂ ਹੀ ਮਾਰਦਾ ਇੱਦਾਂ ਮੈਂ ਬਹਿ ਗਿਆ ਉੱਥੇ ਦੁਕਾਨ ਤੇ ਮੈਂ ਕਿਹਾ ਲੈ ਰੋ ਸਹੀ ਕਰਦਾ ਧਾਗਾ ਪਾਉਣਾ ਭੈਣ ਵੀ ਚੁੱਟ ਗਿਆ ਭੈਣ ਉਹ ਫੋਟੋ ਨਾ ਖਿੱਚੂਗੀ